लो जी आ टटीरी दे हैगे आंडे इत्थे ये हुण एवें गुस्सा मनी जांदी है आपां नूं कुछ कहा नहीं कोई कीता नहीं गा सुर तेनूं मरला थां तेनूं छड़ता असीं तेरे आंडे वास्ते है गर्मी बहुत विखाई जांदी वेख आंडे वाले पए भी पर अजे दूर है ते आ पए दे आंडे बई इत्थे वेख हुंदी फिर मगर वाली वेख क्यों वेख ओ नहीं पई तेरे आंडे नूं कुछ नहीं कहिंदे लो ये टटीरी भी नहीं हैगी यार होर ही कोई जानवर है आ पे बई दे आंडे आ लो ऐतकी बई चार आंडे है कहिंदे जे चार आंडे हो टटीरी दे ते मीह बड़ा पैंदा कहिंदे ये आम पिंडां दे विच लोकां दा मनना है आ बैठी बई तेरे मारू ठोंग तेरे ले जू पट के तेरा कन्न आ गई लै बई इहनूं कहिंदे गुड़ लत्ती कहिंदे साडे तैनूं पिंडां गुड़ लत्ती ਲੈ ਵੇਖੋ ਜੀ ਜਾਨਵਰ ਵੀ ਇਹਨੂੰ ਆਪਦੇ ਬਈ ਮੇਰ ਆਪਦੇ ਬੱਚਿਆਂ ਦੀ ਆਪਦੇ ਆਂਡਿਆਂ ਦੀ ਅਤੇ ਕਿੰਨਾ ਕੁ ਇਹਦਾ ਬੈਤਾ ਬਚਾਈਦਾ ਅਤੇ ਪਰ ਬਈ ਇਹਦੇ ਹੌਂਸਲੇ ਨੂੰ ਸਲਾਮ ਹੈ ਗੁੱਸਾ ਵਿਖਾਉਂਦੀ ਹੈ ਪੂਰਾ ਇਹ ਵੇਖੋ ਆਹ ਦੇਖੋ ਨੇ ਬਹਿ ਗਈ ਬਹਿ ਕੇ ਵੀ ਕੁਛ ਕਰਦੀ ਹੈ ਉਹ ਵੀ ਬਹਿ ਜਾਂਦੀ ਦੂਜੀ ਗੁੱਸਾ ਦਿਖਾਉਂਦੀ ਪੂਰਾ ਇਹ ਉਹ ਨਹੀਂ ਪਈ ਕਹਿੰਦੇ ਕੋ ਤੈਨੂੰ ਨਹੀਂ ਕਹਿੰਦੇ ਵੇ ਲਾਲ ਅੱਖਾਂ ਕੱਢਦੀ ਉਹ ਕਿਵੇਂ ਵੇਖ ਲੈ ਬਹਿ ਜਾ ਬਹਿ ਜਾ ਬਹਿ ਜਾ ਲਓ ਜੀ ਇਹ ਜਾਨਵਰ ਵੇਖੋ ਪੰਛੀ ਵੀਰੋ ਆਪਣੇ ਖੇਤਾਂ ਦੇ ਵਿੱਚ ਹੀ ਰਹਿੰਦੇ ਹੈ ਇਹਨਾਂ ਦਾ ਵੀ ਓਨਾ ਹੀ ਹੱਕ ਹੈ ਜਿੰਨੇ ਆਪਾਂ ਜ਼ਮੀਨਾਂ ਦੇ ਮਾਲਕ ਹਾਂ ਬਈ ਇਹ ਵੀ ਇੱਕ ਤਰ੍ਹਾਂ ਜ਼ਮੀਨਾਂ ਦੇ ਮਾਲਕ ਹੈ ਇਹਨਾਂ ਦਾ ਵੀ ਓਨਾ ਹੀ ਹੱਕ ਹੈ ਇਹ ਬਈ ਸਦੀਆਂ ਤੋਂ ਮੁੱਦਤਾਂ ਤੋਂ ਆਪਣੇ ਬਜ਼ੁਰਗਾਂ ਵੇਲੇ ਤੋਂ ਲੈ ਕੇ ਇਹ ਜਿਹੜੇ ਜਾਨਵਰ ਹੈ ਇਹਨਾਂ ਦੇ ਨਾਲ ਆਪਣਾ ਵੀ ਸੰਬੰਧ ਹੈਗਾ ਉਦੋਂ ਵੀ ਪੁਰਾਣੇ ਜ਼ਮਾਨੇ 'ਚ ਆਪਣੇ ਦਾਦੇ ਪੜਦਾਦਿਆਂ ਵੇਲੇ ਵੀ ਇਹ ਜਾਨਵਰ ਆਪਣੇ ਖੇਤਾਂ ਦੇ ਵਿੱਚ ਹੁੰਦੇ ਸੀਗੇ ਅਤੇ ਹੋ ਸਕਦਾ ਇਹ ਜਾਨਵਰਾਂ ਦੀਆਂ ਗੱਲਾਂ ਨਸਲਾਂ ਜਿਹੜੀਆਂ ਸੋਚਦੀਆਂ ਹੋਣਗੀਆਂ ਵੀ ਇਹ ਇਨਸਾਨਾਂ ਨੇ ਕੀ ਕੁਛ ਬਦਲਾਓ ਕਰਤਾ ਕਿੰਨੀ ਤਬਦੀਲੀ ਕਰਤੀ ਅੱਗਾਂ ਲਾਉਣ ਲੱਗ ਗਏ ਵੱਡੀ ਗੱਲ ਆਂਡੇ ਇਹਨਾਂ ਦੇ ਮੱਚ ਜਾਂਦੇ ਹੈ ਅਤੇ ਇਹ ਬਈ ਜਾਨਵਰਾਂ ਨਾਲ ਪਿਆਰ ਕਰੋ ਇਹਨਾਂ ਦੀ ਹਿਫਾਜ਼ਤ ਕਰੋ ਇਹ ਵਿਚਾਰੇ ਆਪਣਾ ਕੀ ਲੈ ਜਾਣਗੇ ਇੱਕ ਤਰ੍ਹਾਂ ਹੁਣ ਆਪਣੀਆਂ ਮਿਹਨਤਾਂ ਹੀ ਕੱਢੀ ਜਾਂਦੀ ਵੀ ਮੇਰੇ ਆਂਡਿਆਂ ਨੂੰ ਕੁਛ ਨਾ ਕਰੋ ਮੇਰੇ ਆਂਡਿਆਂ ਨੂੰ ਕੁਛ ਨਾ ਕਰੋ ਅਤੇ ਬੱਚੇ ਆਪਦੇ ਵਿਚਾਰੀ ਪਾਲ ਲੂਗੀ ਕੱਢ ਲੂਗੀ ਇਹ ਅਤੇ ਆਪਣਾ ਬਈ ਕੀ ਲੈ ਜੂਗੀ ਧਿਆਨ ਰੱਖਿਆ ਕਰੋ ਵੀ ਨੌਜਵਾਨ ਮੁੰਡਿਓ ਆਪਣੇ ਖੇਤਾਂ ਦੇ ਵਿੱਚ ਅਕਸਰ ਹੀ ਇਹ ਜਿਹੜੀਆਂ ਟਟੀਰੀਆਂ ਹੈਗੀਆਂ ਉਹ ਆਂਡੇ ਦਿੰਦੀਆਂ ਅਤੇ ਥੋੜ੍ਹੀ ਜਿਹੀ ਜਗ੍ਹਾ ਪੀੜ੍ਹੀ ਕੁ ਜਿੰਨਾ ਥਾਂ ਕੁਰਸੀ ਕੁ ਜਿੰਨਾ ਥਾਂ ਇਹਨਾਂ ਨੂੰ ਛੱਡ ਦਿਆ ਕਰੋ ਅਤੇ 15 ਜਾਂ 20 ਦਿਨਾਂ ਦੇ ਵਿੱਚ ਆਪਦੇ ਆਂਡਿਆਂ ਦੇ ਬੱਚੇ ਕੱਢ ਕੇ ਅਤੇ ਲੈ ਜਾਂਦੀਆਂ ਪਰੇ ਅਤੇ ਚਲੋ ਉਨੇ ਥਾਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਬਈ ਇਹ ਸੀਗੀ ਜੀ ਟਟੀਰੀ ਗੁੜ ਲੱਤੀ ਕਹਿੰਦੇ ਇਹਨੂੰ ਟਟੀਰੀ ਤਾਂ ਹੋਰ ਹੁੰਦੀ ਹੈ ਸਾਡੇ ਤਾਂ ਇਹਨੂੰ ਗੁੜ ਲੱਤੀ ਕਹਿੰਦੇ ਆ ਆ ਗਈ ਫਿਰ ਗੁੱਸਾ ਬਹੁਤ ਦਿਖਾਉਂਦੀ ਹੈ ਵੇਖ ਦੇਖ ਆਹ ਦੇਖੋ ਇਹਨਾਂ ਉੱਡਦੀਆਂ ਨੂੰ ਵੇਖਣ ਦਾ ਹੀ ਨਜ਼ਾਰਾ ਆ ਜਾਂਦਾ ਬਈ ਆਹ ਦੇਖ ਇੱਕੋ ਥਾਂ 'ਤੇ ਖੜੀ ਕਿਵੇਂ ਪੰਗ ਮਾਰਦੀ ਹੈ ਆ ਜਾ ਅਤੇ ਬਸ ਬਾਈ ਜੀ ਮੇਰੀ ਨਿਗਾਹ ਪੈ ਗਈ ਮੈਂ ਕਿਹਾ ਤੁਹਾਡੇ ਨਾਲ ਦੋ ਗੱਲਾਂ ਹੋਰ ਸਾਂਝੀਆਂ ਕਰ ਲਈਆਂ ਆਪਾਂ ਵੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਆਪਣੇ ਦਾਦੇ ਪੜਦਾਦੇ ਬਜ਼ੁਰਗ ਖੇਤਾਂ 'ਚ ਪਾਣੀ ਲਾਉਂਦੇ ਸੀ ਰਾਤ ਨੂੰ ਜਦੋਂ ਜਾਂਦੇ ਹੁੰਦੇ ਸੀ ਨਹਿਰਾਂ ਦੇ ਪਾਣੀ ਲੱਗਦੇ ਸੀ ਇਹ ਜਾਨਵਰ ਉੱਡੇ ਫਿਰਦੇ ਹੁੰਦੇ ਸੀ ਰਾਤ ਨੂੰ ਵੀ ਟਟੀਰੀਆਂ ਬੋਲ ਪੈਂਦੀਆਂ ਸੀਗੀਆਂ ਅਤੇ ਪਤਾ ਲੱਗ ਜਾਂਦਾ ਸੀ ਉਹਨਾਂ ਨੂੰ ਵੀ ਕੋਈ ਓਪਰਾ ਬੰਦਾ ਆ ਗਿਆ ਜਾਂ ਕੋਈ ਹੋਰ ਵੱਡਾ ਜਾਨਵਰ ਆ ਗਿਆ ਮਤਲਬ ਇਹਨਾਂ ਨੇ ਇੱਕ ਆਪਣਾ ਰਿਸ਼ਤਾ ਜੀ ਇਹ ਜਾਨਵਰਾਂ ਨਾਲ ਜੋ ਆਪਣੇ ਖੇਤਾਂ ਦੇ ਵਿੱਚ ਜਾਨਵਰ ਰਹਿੰਦੇ ਆ ਅਤੇ ਇਹਨਾਂ ਦਾ ਹੱਕ ਵੀ ਬਈ ਓਨਾ ਹੀ ਬਣਦਾ ਜਿੰਨਾ ਆਪਣਾ ਹੱਕ ਆ ਹੁਣ ਹਾਲੇ ਤੱਕ ਮੈਨੂੰ ਇਹ ਖੰਭ ਮਾਰ ਕੇ ਉੱਧਰ ਨੂੰ ਲਿਜਾ ਰਹੀ ਹੈ ਵੀ ਮੇਰੇ ਆਂਡਿਆਂ ਤੋਂ ਇਹ ਦੂਰ ਆ ਜੇ ਇਹਦਾ ਮਕਸਦ ਇਹ ਹੈ ਵੀ ਖੰਭ ਮਾਰ ਕੇ ਡਰਾਮਾ ਜਿਹਾ ਕ੍ਰੀਏਟ ਕਰ ਰਹੀ ਹੈ ਵੀ ਜਿਹੜਾ ਮੇਰਾ ਧਿਆਨ ਹੈ ਇਹਦੇ ਆਂਡਿਆਂ ਵਾਲੇ ਪਾਸੋਂ ਮੇਰਾ ਧਿਆਨ ਟੁੱਟਿਆ ਜਾਵੇ ਅਤੇ ਇਹਦੇ ਵੱਲ ਜਾਵੇ ਇਹ ਜਾਨਵਰ ਨੂੰ ਕੁਦਰਤ ਨੇ ਪਰਮਾਤਮਾ ਨੇ ਇਹ ਜਿਹੜੇ ਤਰੀਕੇ ਆ ਤੌਰ ਤਰੀਕੇ ਬਈ ਇਹ ਕੁਦਰਤੀ ਸਿਖਾਏ ਹੋਏ ਆ ਅਤੇ ਠੀਕ ਆ ਵੀਰੋ ਚੜ੍ਹਦੀ ਕਲਾ ਜੀ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ 'ਚ